ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਕੀਤੀ ਸ਼ਿਰਕਤ। ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ, ਲਾਜਵਾਬ ਚੇਅਰਮੈਨ ਪੰਨੂ ਹੋਏ ਮੁੱਖ ਮਹਿਮਾਨ ਵੱਲੋਂ ਸ਼ਾਮਿਲ। ਬਲਬੀਰ ਸਿੰਘ ਪੰਨੂ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ। ਜਾਣੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਪੰਨੂ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸਾਡੇ ਪੰਜਾਬੀ ਭਰਾਵਾਂ ਨੂੰ ਅੱਜ ਦੇ ਦਿਨ ਦੁਸਹਿਰੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਦਿਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੇ ਬੜਾ ਵੱਡਾ ਜੋ ਪਾਪ ਦਾ ਨਾਸ਼ ਕੀਤਾ ਸੀ, ਅਤੇ ਅੱਜ ਦੇ ਦਿਨ ਮੈਂ ਪੂਰੇ ਦੇਸ਼ਾਂ ਔਰ ਵਿਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਰਾ ਵੱਸਦੇ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਵੀ ਕਰਦਾ ਵੀ ਅੱਜ ਦੇ ਦਿਨ ਅਸੀਂ ਪ੍ਰਣ ਕਰੀਏ, ਨੀਚੇ ਕਰੀਏ, ਵੈਸੇ ਵੀ ਸਾਰਿਆਂ ਨਾਲ ਮਿਲ ਕੇ ਜੋ ਵੀ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਪਾਪ, ਬੜਾ ਵੱਡਾ ਇੱਕ ਜੋ ਨਸ਼ੇ ਦਾ ਦੌਰ ਗੁਜ਼ਰਿਆ ਸੀ, ਸਾਰੇ ਰਲ ਮਿਲ ਕੇ ਉਸਨੂੰ ਖਤਮ ਕਰੀਏ। ਪੂਰੇ ਸ਼ਹਿਰ ਵਾਸੀਆਂ ਨੂੰ ਔਰ ਜਿੰਨੇ ਵੀ ਕਮੇਟੀ ਦੇ ਫਤਿਹਗੜ੍ਹ ਚੂੜੀਆਂ ਦੇ ਜਿਨ੍ਹਾਂ ਨੇ ਅੱਜ ਇਹ ਬੰਦੋਬਸਤ ਕੀਤਾ ਉਹਨਾਂ ਨੂੰ ਮੈਂ ਬਹੁਤ ਬਹੁਤ ਦਿਲੋਂ ਮਨੋਕਾਮਨਾਵਾਂ ਵਧਾਈਆਂ ਦਿੰਦਾ। ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਅੱਜ ਇਹ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਪੂਰਾ ਸਿਸਟਮ ਨੂੰ ਤਿਆਰ ਕੀਤਾ ਸੀ ਔਰ ਜਿੰਨਾ ਵੀ ਸਾਡੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਟਰੋਲ ਕੀਤਾ। ਲਾਸਟ ਦੇ ਵਿੱਚ ਫਿਰ ਮੈਂ
ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ। ਪਰ ਸਾਹਿਬ ਇੱਕ ਲਾਸਟ ਕੋਈ ਕੁਐਸਚਨ ਹੈ ਵੀ ਪਰਸੋਂ ਪੰਚਾਇਤੀ ਇਲੈਕਸ਼ਨ ਆ ਆਪਣਾ ਮੰਗਲਵਾਰ, ਇੱਕ ਨਾ ਖਸ਼ੇ ਪ੍ਰਗਟਾਏ ਜਾਂਦੇ ਵੀ ਪਿੰਡਾਂ 'ਚ ਲੜਾਈਆਂ ਝਗੜੇ ਹੋਣੇ ਆ ਅਤੇ ਸਰਪੰਚੀ ਵੇਖੋ ਜੀ ਇਹ ਇਲੈਕਸ਼ਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਬੜੀਆਂ ਹੁੰਦੀਆਂ ਨੇ। ਸ਼ਰਾਰਤੀ ਅੰਸਰਾਂ ਦਾ ਕੰਮ ਹੈ ਸ਼ਰਾਰਤਾਂ ਕਰਨਾ। ਸੰਗਤ ਜਾਣੂ ਹੈ, ਸੰਗਤ ਅੱਜ ਕੱਲ੍ਹ ਸਮਝਦਾਰ ਹੈ, ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ੍ਹ। ਕੋਈ ਇੱਦਾਂ ਦਾ ਪਿੰਡਾਂ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਨਹੀਂ ਹੁੰਦਾ। ਜੇ ਕੋਈ ਸ਼ਰਾਰਤ ਕਰੂਗਾ ਤਾਂ ਜਿਹੜੇ ਹਿਸਾਬ ਨਾਲ ਸ਼ਰਾਰਤ ਕਰੂਗਾ ਉਸ ਹਿਸਾਬ ਨਾਲ ਪ੍ਰਸ਼ਾਸਨ ਉਹਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੂਤ ਦੀ ਬਣਦੀ ਸਜ਼ਾ ਨੂੰ ਸਜ਼ਾ ਦੇਵੇ। ਅੱਜ ਪੱਗ ਦਾ ਸਟਾਈਲ ਬਦਲਿਆ, ਪੱਗ ਦਾ ਸਟਾਈਲ ਰੋਜ਼ ਬਦਲ ਦਈ ਦੇ ਸਾਰੇ ਹੀ ਸਾਡੇ ਪੰਜਾਬੀ ਭਾਈਚਾਰੇ ਨੂੰ ਬਹੁਤ ਬਹੁਤ ਅੱਜ ਦੇ ਦਿਨ ਦੁਸਹਿਰੇ ਦੀਆਂ ਵਧਾਈਆਂ। ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ, ਪਰਮਾਤਮਾ ਸਾਰੇ ਪਰਿਵਾਰਾਂ ਦੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਿਓ। ਅਸੀਂ ਰਲ ਮਿਲ ਕੇ ਸਾਰੇ ਸਮਾਜ ਇਕੱਠੇ ਹੋ ਕੇ ਜਿੰਨੇ ਵੀ ਅਸੀਂ ਪੰਜਾਬ ਦੇ ਵਿੱਚ ਸਮਾਜ ਵੱਸਦੇ ਹਾਂ ਸਾਰੇ ਇਕੱਠੇ ਹੋ ਕੇ ਅਸੀਂ ਹਰ ਇੱਕ ਦੇ ਤਿਆਰ ਦੀ ਖੁਸ਼ੀ ਨੂੰ ਰਲ ਮਿਲ ਕੇ ਮਨਾਇਆ ਕਰਦੇ। ਬਹੁਤ ਬਹੁਤ ਪੰਕਜ ਪਾਂਧੀ, ਦਿਵਿਆ ਪੰਜਾਬ ਟੀਵੀ, ਫਤਿਹਗੜ੍ਹ ਚੂੜੀਆਂ।